हरविंदर सिंह है, मैं दिल्ली को आ रहा है, चिंतपुरनी गया है जी, माता चिंतपुरनी दे उस तो बाद अपने पिंड पुराने पिंड नरंगपुर कोठी जा रहा है जी। ये कहने अनुसार भी जो गड्डी लैके आया अपनी इनोवा कार तो वो अख भी कुछ पै गया तो उन्होंने जो कर लगा अनबैलेंस होकर गड्डी डिग गई नहर च। ये खुद सगा यदी घरवाली, यदा लड़का तो यदी सिस्टर सी तो लड़का सी दोनों नहीं वो ठीक है सेफ कर ली दुनिया ने पब्लिक ने गड्डी भी कड़ ली है जी। हाँ जी हाँ जी बस कार्रवाई की है जी अचनचेत हो सब हो जी। हाँ जी सर क्या नाम है? हरविंदर हरविंदर सिंह। सर गड्डी थोड़ी नहर के डिगी कितों आ रहे थे? चिंतपुर्णी से। चिंतपुर्णी से आ रहे थे तो क्या हुआ क्या था? मेरे आगे मक्खी आ गई थी, मैं शीशा डाउन करके कपड़े से मक्खी हटा रहा था तो ध्यान चला गया हट गया था और मोड़ पे फिर गाड़ी अनबैलेंस हो गई। कितने मेंबर कितने सवार थे गाड़ी में? पाँच। पाँच कौन कौन था? मैं, मेरी वाइफ, मेरा बेटा था, मेरी सिस्टर और उसका लड़का। जी तो जब गाड़ी नहर में गिरी थी तो रेस्क्यू की लोगों ने की निकाला था गाड़ी? हाँ यहाँ से जो आ रहे जा रहे थे उन्होंने कपड़ा पकड़ाया था, चुन्नी थी, चुन्नी दो बांध के हमको ऊपर खींचा। शीशे खुले हुए थे गाड़ी के? हाँ शीशे खुले हुए थे दोनों आगे के। लगता है शीशे खुले होने के कारण जो बचाव हो गए, जो बंद हाँ हाँ शीशे खुले होने से बच गए थे और एक दरवाज़ा भी खुल गया था। एक एक गाड़ी ली कब थी? दो दिन हुए लिए। कौन सी गाड़ी है सर? ये गाड़ी कौन सी? इनोवा हाई क्रॉस। दो दिन पहले ली थी? हाँ जी। तो कितना नुकसान हुआ है गाड़ी को? अब ये तो शोरूम वाले ही बताएंगे, सर्विस सेंटर से संपर्क हुआ है? हाँ हो गया है उनसे, अब लेके जानी है सर्विस सेंटर, रोज उसको फ़ोन करना है बस ले जाएंगे। तो क्या मांग क्या करते हो आप? मांग क्या है बस, यहाँ थोड़े से इंपैक्ट बैरियर लगने चाहिए साइड में ना, ताकि किसी का ध्यान भटके कुछ हो तो कोई गिरे ना। किसी का नुकसान तो नहीं हुआ? कोई बच्चे नहीं, किसी का कोई नुकसान नहीं। ठीक है, और मतलब कि गाड़ी इंश्योरेंस है गाड़ी की? हाँ हाँ। हाँ जी सर, सर अज गड्डी इतने डिगी थी, तुम भी इतने आए हो, काफ़ी लोग इकट्ठे हुए थे, किस तरह देखते हो जो आए दिन हादसे हो रहे? ਭਾਜੀ ਅਸੀਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਮੰਗ ਕਰ ਰਹੇ ਹਾਂ ਵੀ ਕੰਢੀ ਨਹਿਰ ਦੇ ਕਿਨਾਰੇ ਜਿਹੜੀ ਸੇਫਟੀ ਵਾਲ ਪਹਿਲਾਂ ਸੀਗੀ ਨਹਿਰ ਬਣਨ ਤੋਂ ਪਹਿਲਾਂ ਉਹਨੂੰ ਦੁਬਾਰੇ ਬਣਾਇਆ ਜਾਵੇ। ਇਸ ਮੁੱਦੇ ਦੇ ਉੱਤੇ ਅਸੀਂ ਇੱਕ ਵਾਰ ਪ੍ਰਦਰਸ਼ਨ ਵੀ ਕਰ ਚੁੱਕੇ ਹਾਂ, ਆਏ ਦਿਨ ਇਸ ਨਹਿਰ ਦੇ ਵਿੱਚ ਡਿੱਗਣ ਨਾਲ ਕਈ ਕੀਮਤੀ ਜਾਨਾਂ ਅਸੀਂ ਗੁਆ ਵੀ ਚੁੱਕੇ ਹਾਂ। ਪਰਮਾਤਮਾ ਦੀ ਬੜੀ ਬਖਸ਼ਿਸ਼ ਰਹੀ ਹੈ ਕਿ ਅੱਜ ਜਾਨ ਨਹੀਂ ਉਹਨਾਂ ਦੀ ਗਈ ਪਰ ਉਹਨਾਂ ਦੀ ਗੱਡੀ ਕੰਡਮ ਹੋ ਚੁੱਕੀ ਹੈ ਅਤੇ ਅਸੀਂ ਇਹੀ ਮੰਗ ਕਰਦੇ ਹਾਂ, ਇਹੀ ਗੁਹਾਰ ਲਗਾਉਂਦੇ ਹਾਂ ਕਿ ਜਿੰਨੀ ਜਲਦੀ ਹੋ ਸਕਦਾ ਕੰਢੀ ਨਹਿਰ ਦੇ ਕਿਨਾਰੇ ਜਿਹੜੀ ਹੈ ਰਿਟੇਨਿੰਗ ਵਾਲ ਲਗ ਸੇਫਟੀ ਵਾਲ ਲਗਾਈ ਜਾਵੇ। ਜਿਹੜੀ ਗੱਡੀ ਦੇ ਵਿੱਚ ਜਿਹੜੇ ਪਰਿਵਾਰ ਜਿਹੜੇ ਦਿੱਲੀ ਤੋਂ ਆਏ ਹੋਏ, ਲੱਗਦਾ ਉਹਨਾਂ ਦਾ ਵੀ ਕਹਿਣਾ ਕਿ ਇੱਥੇ ਸੇਫਟੀ ਵਾਲ ਹੁੰਦੀ ਤਾਂ ਸ਼ਾਇਦ ਗੱਡੀ ਨਾ ਡਿੱਗਦੀ, ਕਾਫੀ ਨੁਕਸਾਨ। ਭਾਜੀ ਸੇਫਟੀ ਵਾਲ ਜਿਹੜੀ ਹੁੰਦੀ ਉਹਦੇ ਕਰਕੇ ਨੁਕਸਾਨ ਨਹੀਂ ਹੋਣਾ ਸੀ, ਤੁਸੀਂ ਪਿੱਛੇ ਦੇਖ ਸਕਦੇ ਹੋ, ਆਹ ਦਿਖਾ ਦਿਓ ਮਾੜੇ ਕੈਮਰੇ ਦੇ ਮਾਧਿਅਮ ਦੇ ਨਾਲ, ਸਿਰਫ 10 ਫੁੱਟ ਦਾ ਰਸਤਾ ਬਚ ਚੁੱਕਾ ਹੈ। ਜੋ ਪਹਿਲਾ ਰਸਤਾ 15 20 ਫੁੱਟ ਦਾ 18 ਫੁੱਟ ਦਾ ਹੁੰਦਾ ਸੀ ਉਹ ਸੇਫਟੀ ਵਾਲ ਨਾ ਹੋਣ ਕਰਕੇ 10 ਫੁੱਟ ਦਾ ਰਸਤਾ ਬਚਿਆ ਹੈ, ਜਿਹਦੀ ਵਜ੍ਹਾ ਨਾਲ ਆਏ ਦਿਨ ਹਾਦਸੇ ਹੁੰਦੇ ਨੇ। ਜੇ ਭਵਿੱਖ ਦੇ ਵਿੱਚ ਇਹੋ ਜਿਹਾ ਕੋਈ ਹਾਦਸਾ ਹੋਇਆ ਜਿਸ ਦੇ ਨਾਲ ਕਿਸੇ ਦੀ ਜਾਨ ਗਈ ਤਾਂ ਨਹਿਰ ਵਿਭਾਗ ਦੇ SDO ਤੇ XCM ਦੇ ਉੱਤੇ ਜਾਨਲੇਵਾ ਹਮਲਾ ਕਰਨ ਦਾ ਔਰ ਗੈਰ ਇਰਾਦਤਨ ਹੱਤਿਆ ਦਾ ਮਾਮਲਾ ਦਰਜ ਕਰਾਇਆ ਜਾਏਗਾ। ਲੱਗਦਾ ਹੈ ਕਿ ਆਏ ਦਿਨ ਜਿਹੜੇ ਇਸ ਤਰ੍ਹਾਂ ਦੇ ਹਾਲਾਤ ਪਰ ਪ੍ਰਸ਼ਾਸਨ ਦਾ ਕੋਈ ਨਹਿਰ ਵਿਭਾਗ ਦਾ ਕੋਈ ਅਧਿਕਾਰੀ ਕਦੇ ਵੀ ਨਹੀਂ ਪਹੁੰਚਿਆ? ਭਾਜੀ ਮੈਂ ਉਹੀ ਗੱਲ ਦਿਖਾ ਰਿਹਾ ਨਾ, ਪੁਲਿਸ ਪ੍ਰਸ਼ਾਸਨ ਆ ਗਈ, ਕੰਢੀ ਦੇ ਲੋਕ ਇਕੱਠੇ ਹੋ ਗਏ, ਲੋਕਾਂ ਨੇ ਆਪ ਮੁਹਾਰੇ ਗੱਡੀ ਬਾਹਰ ਕਢਵਾ ਲਈ, ਪਰ ਜਿਹੜਾ ਨਹਿਰ ਮਹਿਕਮਾ ਉਹ ਨਾ ਤਾਂ ਜੰਮਿਆਂ 'ਤੇ ਆਉਂਦਾ ਨਾ ਮਰਿਆਂ 'ਤੇ ਆਉਂਦਾ। ਮੈਂ ਫਿਰ ਇਹੀ ਗੱਲ ਦੁਹਰਾ ਰਿਹਾ ਕਿ ਜੇ ਦੁਬਾਰਾ ਇਹੋ ਜਿਹਾ ਕੋਈ ਹਾਦਸਾ ਹੋਇਆ ਕਿਸੇ ਦੀ ਜਾਨ ਗਈ ਤਾਂ ਅਸੀਂ ਬਾਈ ਨੇਮ SDO ਅਤੇ ਐਕਸ਼ਨ ਦੇ ਉੱਤੇ ਗੈਰ ਇਰਾਦਤਨ ਹੱਤਿਆ ਦਾ ਜਿਹੜਾ ਮਾਮਲਾ ਦਰਜ ਕਰਾਵਾਂਗੇ। ਦਿੱਲੀ ਤੋਂ ਵਿਅਕਤੀ ਆਏ ਹੋਏ, ਕਿੱਦਾਂ ਦਾ ਮੈਸੇਜ ਲੈ ਕੇ ਜਾਣਗੇ ਇੱਥੋਂ ਕਿ ਇੱਥੇ ਸੇਫਟੀ ਦਾ ਕੋਈ ਪ੍ਰਬੰਧ? ਭਾਜੀ ਉਹ ਪੰਜਾਬ ਦੀ ਜਿਹੜੀ ਇੱਕ ਦੁਨੀਆ ਦੇ ਅੰਦਰ ਇੱਕ ਵਧੀਆ ਇਮੇਜ ਬਣੀ ਆ ਉਹ ਮਿੱਟੀ ਹੋ ਜਾਏਗੀ, ਢਾਹ ਢੇਰੀ ਹੋ ਜਾਏਗੀ। ਉਹ ਜਾ ਕੇ ਆਪਣੇ ਲੋਕਾਂ 'ਚ ਇਹ ਕਹਿਣਗੇ ਵੀ ਨਹਿਰ ਤਾਂ ਹੈਗੀ ਹੈ ਪਰ ਨਹਿਰ ਦੇ ਕਿਨਾਰੇ ਸੇਫਟੀ ਵਾਲ ਨਹੀਂ ਹੈਗੀ ਹੈ। ਇਸ ਕਰਕੇ ਸਰਕਾਰ ਨੂੰ ਚਾਹੀਦਾ ਕਿ ਪਹਿਲ ਦੇ ਆਧਾਰ 'ਤੇ ਭਾਵੇਂ ਬਾਕੀ ਕੰਮਾਂ ਨੂੰ ਥੋੜ੍ਹਾ ਡਿਲੇ ਕੀਤਾ ਜਾਵੇ, ਇਸ ਕੰਮ ਨੂੰ ਪਹਿਲ ਦੇ ਆਧਾਰ ਕੀਤਾ ਜਾਵੇ।